बटाला की गल करते हैं, दस दिए कि बटाला निजी स्कूल के वालों हिदायतों को ठुड मारी गई है। जी हाँ, निजी स्कूल जिहड़े ने विद्यार्थियों की परीक्षा लै रहे हैं, जबकि हिदायत नहीं हैं। कोरोना काल के इस तरह की इजाजत किसी को नहीं है। निजी स्कूल जिहड़े ने मनमानिया करते नजर आए हैं। दस दिए कि बटाला निजी स्कूल के वालों मनमानी की गई है, हिदायतों को ठुड मारी गई है। निजी स्कूल विद्यार्थियों की परीक्षा लै रहे हैं, परीक्षा लै रहा, जबकि इजाजत किसी को भी नहीं है। लगातार दो दिन तो यह परीक्षा ली जा रही है। छोटे बच्चों की जान जी है वह खतरे च पाई जा रही है। छोटे छोटे बच्चे उन्होंने नहीं पता उन्होंने सोशल डिस्टेंस किस तरह रखना है, तो मास्क किस तरह रखना है, पर उन्होंने जान खतरे च पाई जा रही है। स्कूल ने भेजा सी प्रीख्या के लिए मैसेज। मापिया का कहना है कि सानू सुनेहा आया सी स्कूल के वालों, जिस बाद जी है परीक्षा बच्चों की लाई जा रही है। वड्डी खबर इस वेले की तस्वीर वेख सकते हो, बटाला का निजी स्कूल ਸਕੂਲੇ ਕੀ ਕਰਨ ਆਉਂਦੇ? ਕੱਲ ਤੋਂ ਆਨੇ ਪੇਪਰ ਹੀ ਆ ਡੇ। ਕਿਹੜੇ ਕਿਹੜੇ ਪੇਪਰ ਦਿੱਤਾ? ਇਹ ਕੱਲ ਪੇਪਰ ਸੀ ਪੰਜਾਬੀ ਦਾ ਤੇ ਅੱਜ ਦੇ ਹਿੰਦੀ ਦਾ। ਅੱਜ ਹਿੰਦੀ ਦਾ? ਕਿੰਨੇ ਕਿੰਨੇ ਬੱਚੇ? ਨਹੀਂ ਹਿੰਦੀ ਦਾ ਨਹੀਂ, ਅੱਜ ਜੇ ਇੰਗਲਿਸ਼ ਦਾ। ਅੱਜ ਇੰਗਲਿਸ਼ ਦਾ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਉਂਦੇ? ਇਹ ਅੱਜ ਅਸੀਂ ਛੇਤੀ ਆ ਜੇ ਆ ਗਏ ਆ, ਕੱਲ ਤੋਂ ਇਹ 11 ਵਜੇ ਆਣਾ ਹੈ। ਅਸੀਂ ਤਾਂ ਆਪਣੇ ਬੱਚੇ ਨੂੰ ਲੈਣ ਆਏ ਆ ਜੀ। ਕਿਉਂ? ਉਹੀ ਕਿ ਜਦੋਂ ਬਾਹਰ ਰੌਲਾ ਪੈ ਗਿਆ ਕਿ ਕੋਈ ਪ੍ਰੈਸ ਵਾਲੇ ਉੱਥੇ ਆਏ ਹੈਗੇ ਆ, ਅਤੇ ਅਸੀਂ ਦੇਖਣ ਆਏ ਹਾਂ ਕਿ ਹੋਇਆ, ਕਾਹਦੇ ਵਾਸਤੇ ਆਏ ਆ। ਅਸੀਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਕਿ ਤੁਸੀਂ ਆਪਣੇ ਔਨਲਾਈਨ ਪੇਪਰ ਜਿਸ ਤਰ੍ਹਾਂ ਸਾਡੇ ਬੱਚੇ ਵੱਡਿਆਂ ਦੇ ਵੀ ਚੱਲ ਰਹੇ ਆ, ਤੁਸੀਂ ਉੱਦਾਂ ਹੀ ਚਲਾਓ। ਪਰ ਇਹਨਾਂ ਦਾ ਮੇਨ ਮੁੱਦਾ ਹੈਗਾ ਸੀ ਸਰ ਕਿ ਆਪਾਂ ਫੀਸਾਂ ਧਿਆਨਾਂ ਅਤੇ ਬਸ ਐਡਮਿਸ਼ਨਾਂ ਲੈਣਾ। ਕਿੰਨੀ ਫੀਸਾਂ ਦੀ ਕਿੰਨਾ ਪਰੇਸ਼ਾਨ ਕੀਤਾ ਜਾਵੇ? ਫੀਸਾਂ ਤਾਂ ਬਹੁਤ ਜ਼ਿਆਦਾ ਸਰ। ਆ ਮਨਜੀਤ ਮੈਡਮ ਬੋਲਦੀ ਸੀ ਤੁਸੀਂ ਇੰਨੇ ਬਿਜ਼ੀ ਰਹਿੰਦੇ ਹੋ, ਤੁਸੀਂ ਸਕੂਲ ਆਣ ਕੇ ਦੇਖਦੇ ਨਹੀਂ ਹੈਗੇ, ਤੁਸੀਂ ਆਣ ਕੇ ਪੁੱਛਦੇ ਹੀ ਨਹੀਂ ਹੈਗੇ। ਮੈਂ ਕਿਹਾ ਮੈਡਮ ਦੇਖੋ, ਜਦੋਂ ਵੀ ਬੱਚੇ ਸਕੂਲ ਆਉਣਾ ਆ, ਅੱਜ ਮੈਂ ਹਿਸਾਬ ਕਰਨ ਹੀ ਆਈ ਹਾਂ। ਆਹ ਵੇਖੋ ਸਰ, ਆਹ ਰਸੀਦ ਵਿਖਾਇਓ, ਆਹ ਵੇਖੋ ਸਰ, ਆਹ ਬਸ ਇਹਨਾਂ ਨੇ ਕੋਈ ਕਾਰਡ ਨਹੀਂ ਦਿੱਤਾ, 2000 ਦੀ ਇਕੱਲੀ ਸਲਿੱਪ ਦਿੱਤੀ ਆ, 4000 ਰੁਪਇਆ। ਸੋ ਫੀਸਾਂ ਦਾ ਮਾਮਲਾ ਵੀ ਔਰ ਹਦਾਇਤਾਂ ਦੀ ਉਲੰਘਣਾ ਦਾ ਮਾਮਲਾ ਵੀ ਇਸੇ ਤਰ੍ਹਾਂ ਚੱਲਦੇ ਆ। ਗੁਰਦਾਸਪੁਰ ਤੋਂ ਭਪਾਲ ਸਿੰਘ ਨੇ ਸਾਡੇ ਨਾਲ। ਭਪਾਲ ਸਿੰਘ, ਸਭ ਤੋਂ ਪਹਿਲਾਂ ਕੀ ਕਹੋਗੇ ਇਸ ਤਰ੍ਹਾਂ ਦੇ ਨਾਲ ਜੋ ਇਹ ਤਸਵੀਰ ਸਾਹਮਣੇ ਆਈ ਹੈ? ਕਿਸੇ ਦਾ ਖੌਫ ਨਹੀਂ ਹੈ ਨਾ ਨਿੱਜੀ ਸਕੂਲਾਂ ਨੂੰ? ਜੀ ਬਿਲਕੁਲ ਗੁਰਜੋਤ, ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਸਰਾਸਰ ਹੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦੇ ਦਿਖਾਈ ਦੇ ਰਿਹਾ ਸੀ। ਇਹ ਸਕੂਲ ਬਟਾਲਾ ਦੇ ਵਿੱਚ ਇਹ ਸਕੂਲ ਸੀ, SS ਮਹਾਜਨ JR ਕੈਂਬਰਿਜ, ਇਹ ਸੈਨੀਅਰ ਸੈਕੰਡਰੀ ਸਕੂਲ ਹੈ ਬਟਾਲਾ ਦੇ ਗਾਂਧੀ ਕੈਂਪ ਦੇ ਵਿੱਚ। ਉੱਥੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਦੀ ਪ੍ਰੀਖਿਆ ਲੈ ਰਹੇ ਸੀ। ਬੱਚੇ ਵੀ ਕੋਈ ਜ਼ਿਆਦਾ ਵੱਡੇ ਨਹੀਂ ਸੀ ਗੁਰਜੋਤ, ਤੁਹਾਨੂੰ ਮੈਂ ਦੱਸਣਾ ਚਾਹਾਂਗੇ ਕਿ ਨਰਸਰੀ UKG ਦੇ ਬੱਚੇ ਸਨ ਜਿਨ੍ਹਾਂ ਨੂੰ ਬੁਲਾ ਕੇ ਉੱਥੇ ਇਹਨਾਂ ਦੀ ਪ੍ਰੀਖਿਆ ਲਈ ਜਾ ਰਹੀ ਸੀ। ਜਦਕਿ ਸਰਕਾਰ ਦੇ ਵੱਲੋਂ ਹਦਾਇਤਾਂ ਹਨ ਕਿ ਕੋਈ ਵੀ ਸਕੂਲ ਨਹੀਂ ਖੁੱਲ੍ਹੇਗਾ, ਕੋਈ ਵੀ ਸਟੂਡੈਂਟ ਜਿਹੜਾ ਸਕੂਲ 'ਚ ਨਹੀਂ ਜਾਏਗਾ, ਬੱਚੇ ਕੋਈ ਵੀ ਸਕੂਲ 'ਚ ਨਹੀਂ ਜਾਣਗੇ, ਤਾਂ ਉਹਨਾਂ ਦੀ ਜਿਹੜੀ ਪ੍ਰੀਖਿਆ ਹੈ ਉਹ ਵੀ ਔਨਲਾਈਨ ਲਈ ਜਾਵੇਗੀ। ਤਾਂ ਮਾਂ ਪਿਓ ਨੂੰ ਜਦ ਪਤਾ ਲੱਗਾ ਕਿ ਉੱਥੇ ਪ੍ਰੈਸ ਪਹੁੰਚ ਗਈ ਹੈ, ਤਾਂ ਮਾਂ ਪਿਓ ਵੀ ਉੱਥੇ ਪਹੁੰਚ ਗਏ, ਤਾਂ ਮਾਂ ਪਿਓ ਦਾ ਸਾਫ਼ ਤੌਰ 'ਤੇ ਕਹਿਣਾ ਸੀ ਕਿ ਸਕੂਲ ਨੇ ਹੀ ਸਾਨੂੰ ਹੁਕਮ ਦਿੱਤੇ ਸੀ ਕਿ ਬੱਚਿਆਂ ਨੂੰ ਸਕੂਲ ਭੇਜੋ। ਕਾਰਨ ਇਹ ਸੀ ਕਿ ਇਹਨਾਂ ਨੇ ਫੀਸਾਂ ਲੈਣੀਆਂ ਸੀ, ਬੱਚੇ ਅਸੀਂ ਸਕੂਲੇ ਭੇਜਾਂਗੇ ਤਾਂ ਹੀ ਇਹ ਫੀਸਾਂ ਲੈ ਪਾਉਣਗੇ। ਤਾਂ ਕਿਤੇ ਨਾ ਕਿਤੇ ਸਰਾਸਰ ਹੀ ਇਹ ਉਲੰਘਣਾ ਜਿਹੜੀ ਹੈ ਸਰਕਾਰੀ ਹਦਾਇਤਾਂ ਦੀ ਹੁੰਦੀ ਦਿਖਾਈ ਦੇ ਰਹੀ ਹੈ, ਕਿਉਂਕਿ ਕੋਰੋਨਾ ਮਹਾਂਮਾਰੀ ਲਗਾਤਾਰ ਹੀ ਫੈਲਦੀ ਦਿਖਾਈ ਦੇ ਰਹੀ ਹੈ, ਤਾਂ ਸਰਕਾਰ ਨੇ ਹਾਲੇ ਤੱਕ ਕੋਈ ਵੀ ਸਕੂਲ ਜਿਹੜੇ ਖੋਲ੍ਹਣ ਦੇ ਹੁਕਮ ਨਹੀਂ ਦਿੱਤੇ। ਜੀ, ਅਗਰ ਗੱਲ ਕਰੀਏ ਭਪਾਲ ਸਿੰਘ, ਤਾਂ ਸਕੂਲ ਦੇ ਪ੍ਰਬੰਧਕਾਂ ਦੇ ਨਾਲ ਕਿਸੇ ਨਾਲ ਤੁਹਾਡੀ ਗੱਲਬਾਤ ਹੋਈ ਕਿ ਤੁਹਾਨੂੰ ਕਿਸੇ ਦਾ ਕੋਈ ਖੌਫ ਨਹੀਂ ਹੈ, ਤੁਹਾਡੇ 'ਤੇ ਸਜ਼ਾ ਹੋ ਸਕਦੀ ਹੈ? ਛੋਟੇ ਛੋਟੇ ਬੱਚੇ, KG UKG ਬੱਚਿਆਂ ਦੀ ਗੱਲ ਕਰੀਏ ਤਾਂ ਬਿਲਕੁਲ ਵੀ ਉਹਨਾਂ ਨੂੰ ਸਮਝ ਨਹੀਂ ਹੁੰਦੀ ਇਸ ਤਰ੍ਹਾਂ ਦੇ ਨਾਲ। ਉਹ ਕੋਰੋਨਾ ਦੇ ਵਿੱਚ ਪੜ੍ਹਨਗੇ ਸਕੂਲ, ਹਾਲਾਂਕਿ ਹੁਣ ਵੀ ਜੇ ਹਦਾਇਤਾਂ ਨੇ ਸਰਕਾਰ ਦੀਆਂ ਤਾਂ ਉਹ ਵੀ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਉਹ ਵੀ ਤਰੀਕੇ ਦੇ ਨਾਲ ਖੋਲ੍ਹੇ ਜਾਣਗੇ। ਜੀ ਬਿਲਕੁਲ ਗੁਰਜੋਤ, ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਜਦ ਸਾਡੀ ਟੀਮ ਉੱਥੇ ਸਕੂਲ 'ਚ ਪਹੁੰਚੀ ਤਾਂ ਉੱਥੇ ਜਿਹੜਾ ਸਟਾਫ ਪਹੁੰਚਿਆ ਹੋਇਆ ਸੀ ਸਕੂਲ ਦਾ, ਉਹਦੇ ਵਿੱਚ ਪਹਿਲਾਂ ਹੀ ਭਗਦੜ ਮੱਚ ਚੁੱਕੀ ਸੀ। ਕੁਛ ਸਟਾਫ ਤਾਂ ਸਕੂਲ ਤੋਂ ਬਾਹਰ ਨਿਕਲ ਕੇ ਭੱਜ ਵੀ ਗਿਆ ਸੀ। ਤਾਂ ਜਿਹੜੇ ਪ੍ਰਿੰਸੀਪਲ ਸੀ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਨੂੰ ਅਸੀਂ, ਪ੍ਰਿੰਸੀਪਲ ਦਾ ਜੋ ਜਵਾਬ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਉਹੀ ਬੱਚੇ ਬੁਲਾਏ ਨੇ ਜਿਨ੍ਹਾਂ ਦੇ ਕੋਲ ਫੋਨ ਨਹੀਂ ਹਨ ਘਰਾਂ ਦੇ ਵਿੱਚ, ਜਿਹੜੇ ਔਨਲਾਈਨ ਟੈਸਟ ਨਹੀਂ ਦੇ ਸਕਦੇ, ਉਹਨਾਂ ਨੂੰ ਹੀ ਉੱਥੇ ਬੁਲਾਇਆ ਹੈ।
पर जे अगर मापिया की गल की जाए तो मापिया ने कहा कि सिर्फ फीस लैण की खातर इन्होंने साडे बच्चे उत्थे बुला लिया, क्योंकि असीं कहा भी सी कि करोना दी हिदायतां ने स्कूल नहीं खोल सकते, तुसीं क्यों बच्चों स्कूले बुला रहे हो। तो कितना कितने ये एक उलंघना है जरूर, तो उत्थे असीं उच्च अधिकारियों ने भी गल करनी चाहिए, पर उच्च अधिकारी सानूं सीट ते नहीं मिले, तो फोन ते उन्हां नाल साडी गल होई सी, तो उन्हां दा कहना सी कि तुसीं साडे नॉलेज विच लै आंदा है तो असीं अपनी जांच करांगे ते जरूर इस स्कूल उत्ते कार्रवाई भी करांगे। जी जी ठीक है, भोपाल सिंह बहुत बहुत शुक्रिया, धन्यवाद है जुड़न के लिए। फिलहाल अगर गल की जाए जो इस तरह की उलंघना कितने भी तुहाडे नज़र के भी है तो जरूरी है कि उसते कार्रवाई होवे, क्योंकि बच्चों की जान जोखिम च नहीं पाई जा सकती। डैश की कैब्स पे ऑटोज पे 50% ऑफ है और आप मॉल नहीं जा रहे, जस्ट गो डैश करो, ऐश करो।